ਸਤ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਆਪਣੇ ਚੈਨਲ ਤੇ ਕਾਫੀ ਸਮੇਤੋਂ ਪੰਜਾਬੀ ਵਿਵਾਰਤਕ ਬਾਰੇ ਕਹਿ ਰਹੇ ਸੀ ਕਿ ਵੀਡੀਓ ਜਰੂਰ ਬਣਨੀ ਚਾਹੀਦੀ ਹੈ ਜੀ ਬਿਲਕੁਲ ਇਕੱਲੇ ਇਕੱਲੇ ਜੇ ਅਸੀਂ ਲੇਖਕ ਦੀ ਗੱਲ ਕਰੀਏ ਤਾਂ ਉਹਨਾਂ ਤੇ ਜੀ ਵੀਡੀਓ ਵਿਸਥਾਰ ਦੇ ਵਿੱਚ ਬਣਾ ਕੇ ਪਾਉਣੀਆਂ ਤਾਂ ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਜਾਣਾ ਪਰ ਫਿਰ ਵੀ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਪਹਿਲਾਂ ਫਟਾਫਟ ਅਭਿਆਸ ਦੁਹਰਾਈ ਦੇ ਵਿੱਚ ਸਾਰਿਆਂ ਬਾਰੇ ਗੱਲ ਕਰ ਲਈਏ ਫਿਰ ਜਿਵੇਂ ਜਿਵੇਂ ਕਦੇ ਸਬੱਬ ਬਣਦਾ ਗਿਆ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਤੇ ਅੱਲਾ ਅੱਜ ਪੰਜਾਬੀ ਅਧੁਨਿਕ ਪੰਜਾਬੀ ਬਾਰਤਿਕ ਦੀ ਗੱਲ ਕਰਾਂਗੇ ਜਿਹੜੀ ਕਿ ਸਾਡੇ ਸਿਲੇਬਸ ਦੇ ਵਿੱਚ ਵੀ ਆ ਯੂਜੀਸੀ ਨੈਟ ਤੇ ਮਾਸਟਰ ਕਾਡਰ ਦੋਮਾਂ ਦੇ ਲਈ ਵੀਡੀਓ ਆ ਪਰ ਨਾਲ ਦੀ ਨਾਲ ਆਪਾਂ ਦੱਸਾਂਗੇ ਕਿ ਮਾਸਟਰ ਕਾਡਰ ਦੇ ਲਈ ਕਿਹੜੀ ਤੁਸੀਂ ਦਿਮਾਗ ਦੇ ਵਿੱਚ ਯਾਦ ਰੱਖਣੀ ਹੈ ਗੱਲ ਸਭ ਤੋਂ ਪਹਿਲਾਂ ਜਦੋਂ ਅਸੀਂ ਅਧੁਨਿਕ ਬਾਰਤਿਕ ਦੀ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਪੰਜਾਬੀ ਬਵਾਦਚੀਤ ਤੇ ਸਿੱਖ ਰਾਜ ਦੀ ਬਥਿਆ ਕਿਤਾਬਾਂ ਆਉਂਦੀਆਂ ਨੇ ਦੋ ਤੇ ਉਹਨਾਂ ਦਾ ਜਿਹੜਾ ਕਰਤਾ ਗਾ ਉਹਨਾਂ ਦਾ ਲਿਖਾਰੀ ਕੌਣਾਂ ਦਿਮਾਗ ਦੇ ਵਿੱਚ ਤੁਹਾਡੇ ਆ ਗਿਆ ਹੋਣਾ ਹੀ ਜ਼ਰੂਰ ਆ ਗਿਆ ਹੋਣਾ ਸਰਦਾਰ ਰਾਮ ਫੈਲौरी ਸਰਦਾਰ ਅਮ ਫਲੋਰਿਨ ਨੂੰ ਯਾਦ ਰੱਖਣਾ ਤੇ ਇਹਦੀਆਂ ਦੋਵੇਂ ਕਿਤਾਬਾਂ ਦੇ ਨਾਮ ਯਾਦ ਰੱਖਣੇ ਨੇ ਅੰਗਰੇਜ਼ਾਂ ਦੀ ਕਹਨ ਤੇ ਇਹ ਕਿਤਾਬਾਂ ਲਿਖੀਆਂ ਗਈਆਂ ਜਾਂ ਸਈਆਂ ਬੇਸਕ ਪਰ ਇਥੋਂ ਤੋਂ ਨਿਕ ਪੰਜਾਬੀ ਵਾਰਤਕ ਦਾ ਮੋੜ ਵੱਜ ਜਾਂਦਾ ਹੈਗਾ ਜਿਹੜਾ ਕਿ ਅੱਗੇ ਜਾ ਕੇ ਬਹੁਤ ਜ਼ਿਆਦੇ ਤਰੱਕੀ ਕੀਤੀ ਵਾਰਤਕ ਦੇ ਵਿੱਚ ਪੰਜਾਬੀ ਵਾਰਤਕਕਾਰ ਆਏ ਨੇ ਜਿਹੜੇ ਉਸ ਤੋਂ ਅਗਲੀ ਗੱਲ ਹੈ ਜੇ ਸਾਡੇ ਕੋਲੇ ਸਰਦਾਰ ਅਮ ਫਲੋਰਿ ਤੋਂ ਬਾਅਦ ਦੂਜਾ ਨਾਮ ਆਉਂਦਾਗਾ ਤੇ ਉਹ ਹੈ ਵਿਹਾਰੀ لال ਪੁਰੀ ਵਿਹਾਰੀ لال ਪੁਰੀ ਦੀਆਂ ਵਾਰਤਕ ਦੀਆਂ ਰਚਨਾਵਾਂ ਦੀ ਜੇ ਗੱਲ ਕਰੀਏ ਅਸੀਂ ਤਾਂ ਵਿਦਿਆ ਰਤਨਾਕਰ ज्ञान माडा ते अनेक दर्शन बिहारी लालपुरी ਵੀ ਧਿਆਨ ਦੇ ਵਿੱਚ ਰੱਖਣਾ ਵੇਖ ਤੁਸੀਂ ਮਾਸਟਰ ਕਾਰਡ ਦੇ ਸਲੀਪਸ ਨੂੰ ਵੀ ਆਪਣੀ ਅੱਖਾਂ ਅਗੇ ਰੱਖਣਾਗਾ ਤੇ ਵੱਧ ਤੋਂ ਵੱਧ ਜਿੰਨਾ ਵੀ ਤੁਹਾਨੂੰ ਸਿੱਖਣ ਨੂੰ ਮਿਲਦਾ ਸਿੱਖਦੇ ਰਹੋ ਅਗਲੀ ਗੱਲ ਕਰਦੇ ਆਂ ਅਸੀਂ ਗੁਰਮਤਿ ਨਿਰਣਾਇ ਗੁਰਮਤਿ ਨਿਰਨੇ ਦਾ ਕਰਤਾ ਕੋਣਾ ਦਾ ਲਿਖਾਰੀ ਕੋਣਾ ਪੰਡਿਤ ਤਾਰਾ ਸਿੰਘ ਨਰੋਤਮ ਪੰਡਿਤ ਤਾਰਾ ਸਿੰਘ ਨਰੋਤਮ ਤੇ ਜੇ ਅੱਗੇ ਗੱਲ ਭਾਈ ਵੀਰ ਸਿੰਘ ਦੀ ਗੱਲ ਕਰੀਏ ਕਿਉਂਕਿ ਭਾਈ ਵੀਰ ਸਿੰਘ ਤੇ ਸਾਡੇ ਆਧੁਨਿਕ ਕਾਵ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਤੇ ਇੱਥੇ ਜੇ ਅਸੀਂ ਵਾਰਤਕ ਦੇ ਵਿੱਚ ਗੱਲ ਕਰਦੇ ਆ ਤਾਂ ਗੁਰੂ ਨਾਨਕ ਚਮਤਕਾਰ ਅਸ਼ਟਗੁਰੂ ਚਮਤਕਾਰ ਕਲਗੀਧਰ ਚਮਤਕਾਰ ਸੰਤ ਗਾਥਾ ਇਹ ਸਾਡੇ ਅੱਗੇ ਉਹਨਾਂ ਦੀਆਂ ਪੁਸਤਕਾਂ ਆ ਰਹੀਆਂ ਨੇ ਵਾਰਤਕ ਦੇ ਵਿੱਚ ਪ੍ਰਾਤਨ ਜਨਮ ਸੰਖਾਖੀ ਦਾ ਸੰਪਾਦਕ ਇਹ ਕੋਣ ਹੈ ਜੇ ਵੀ ਭਾਈ ਵੀਰ ਸਿੰਘ ਨੇ ਸੰਪਾਦਿਤ ਕੀਤੀ ਸੀ ਇੰਨਾ ਕਿ ਜ਼ਰੂਰ ਹੁਣ ਧਿਆਨ ਚ ਰੱਖਿਓ ਕਿ ਜੇ ਦਿਮਾਗ ਦੇ ਵਿੱਚ ਆ ਰਿਹਾ ਫਟਾਫਟ ਜਵਾਬ ਜ਼ਰੂਰ ਦਿਓ ਕਮੈਂਟ ਦੇ ਵਿੱਚ ਕਿ ਪ੍ਰਾਤਨ ਜਨਮ ਸਾਖੀ ਦਾ ਜਿਹੜਾ ਸੰਪਾਦਨ ਕੀਤਾ ਭਾਈ ਵੀਰ ਸਿੰਘ ਨੇ ਕਦੋਂ ਕੀਤਾ ਕਮੈਂਟ ਕਰਕੇ ਜ਼ਰੂਰ ਦੱਸਿਓ ਗੁਰਵਿਲਾਸ ਸਾਖੀਆਂ ਪਾਸਾਈ ਪਹਿਲੀ ਤੇ ਪਾਸਾਈ ਦਸਵੀਂ ਦਾ ਸੰਪਾਦਕ ਇਹ ਵੀ ਭਾਈ ਵੀਰ ਸਿੰਘ ਹੈ ਗੁਰਵਿਲਾਸ ਸਾਖੀਆਂ ਪਾਸਾਈ ਪਹਿਲੀ ਤੇ ਪਾਸਾਈ ਦਸਵੀਂ ਦਾ ਜਿਹੜਾ ਸੰਪਾਦਕ ਕੀਤਾ ਭਾਈ ਵੀਰ ਸਿੰਘ ਨੇ ਮਾਲਵਾ ਦੇਸ ਰਟਨ ਦੀ ਸਾਖੀ ਉਥੀ ਦਾ ਸੰਪਾਦਕ ਵੀ ਪਾਈ ਵੀਰ ਸਿੰਘ ਨੇ ਕੀਤਾ ਅੱਗੇ ਗੱਲ ਕਰੀਏ ਚਰਨ ਸਿੰਘ ਸਹੀਦ ਦੀ ਵਾਰਤਕ ਦੇ ਵਿੱਚ ਤਾਂ ਵੈਸੇ ਵੀ ਨਾਮ ਇਹ ਚਾਹੀਏ ਅਸੀਂ ਕਵਿਤਾ ਦੇ ਵਿੱਚ ਲਿਖਦੇ ਹਾਂ ਤਾਂ ਹਾਸ ਰਸੀ ਜਾਂ ਵਿਅੰਗਾਤਮਕ ਤੇ ਬਾਬਾ ਬਰੀਆਮ ਆਪਾਂ ਇੱਕ ਵਾਰੀ ਕਮਿਊਨਿਟੀ ਟੈਬ ਦੇ ਵਿੱਚ ਤੁਹਾਨੂੰ ਸਵਾਲ ਕੀਤਾ ਸੀਗਾ ਬਾਬਾ ਬਰੀਆਮ ਪੰਜਾਬੀ ਵਾਰਤਕ ਦੇ ਵਿੱਚ ਇਹ ਨਾਮ ਸਾਡੇ ਸਾਹਮਣੇ ਆ ਰਿਹਾ ਜੀ ਚਰਨ ਸਿੰਘ ਸਹੀਦ ਯਾਦ ਰੱਖਣਾ ਤੇ ਮੋਹਨ ਸਿੰਘ ਵੈਦ ਦੀ ਗੱਲ ਕਰੀਏ ਤਾਂ ਕਰਮਯੋਗ ਸੁਖੀ ਪਰਵਾਰ ਸਿਆਣੀ ਮਾਤਾ ਪੁਸ਼ਤਾਵਾ ਅਤੇ ਅਨਵਾਦ ਵੇਕਨ ਵਿਚਾਰ ਅਰਚਨਾ ਬੜੀ ਦਾ ਅਨੁਵਾਦ ਕੀਤਾ ਸੀਗਾ ਜੀ ਵੈਸੇ ਮੋਹਨ ਸਿੰਘ ਵੈਦ ਕਰਮਯੋਗ ਸੁਖੀ ਪਰਵਾਰ ਸਿਆਣੀ ਮਾਤਾ ਇਹ ਸਾਰੇ ਯਾਦ ਰੱਖਣੇ ਤੁਸੀਂ ਅੱਗੇ ਜੀ ਪ੍ਰੋਫੈਸਰ ਪੂਰਨ ਸਿੰਘ ਨੂੰ ਅਸੀਂ ਕਵੀਆਂ ਦੇ ਵਿੱਚ ਪੜ੍ਹਦੇ ਹਾਂ ਤਾਂ ਵਾਰਤਕ ਦੇ ਵਿੱਚ ਆਲੋਚਨਾਤਮਕ ਲੇਖਾਂ ਦਾ ਮੋਢੀ ਮੰਨਿਆ ਜਾਂਦਾ ਇਹ ਗੱਲ ਨੂੰ ਧਿਆਨ 'ਚ ਰੱਖਣੀ ਆ ਤੇ ਖੁੱਲੇ ਲੇਖ ਜਿਹੜੀ ਉਹਨਾਂ ਦੀ ਭਾਰਤ ਕਿ ਦੀ ਪੁਸਤਕ ਆ ਇਹ ਬਹੁਤ ਧਿਆਨ 'ਚ ਰੱਖਣ ਵਾਲੀ ਆ ਤੇ ਇਹਨੂੰ ਇਮਤਿਹਾਨ ਦੇ ਪੱਖ ਤੋਂ ਅਗਲੀ ਸਿੱਖੀ ਸੌਖੀ ਤੇ ਸਿੱਖੀ ਔਖੀ ਹੁਣ ਅਗਲਾ ਪ੍ਰਸ਼ਨ ਦੇਖਦੇ ਆਪਾਂ ਵਤਨ ਦਾ ਪਿਆਰ ਕਵੀ ਦਾ ਦਿਲ ਕਵਿਤਾ ਕਿਰਤ ਮਜ਼ਾਹਵ ਇਹ ਨਵੰਦ ਕਿਸ ਦੇ ਹਨ ਇਹ ਆ ਜੀ ਪ੍ਰੋਫੈਸਰ ਪੂਰਨ ਸਿੰਘ ਦੇ ਵਾਰਤਕ ਦਿਨ ਜਿਹੜੀਆਂ ਵੀ ਕਿਤਾਬਾਂ ਨੇ ਉਹਨਾਂ ਦੇ ਵਿੱਚ ਅੱਗੇ ਨਵੰਦ ਜਿਹੜੇ ਜਿਹੜੇ ਉਹਨਾਂ ਦੇ ਦੇਖੋ ਇਹ ਧਿਆਨ ਚ ਰੱਖ ਲਓ ਚਲੋ ਅੱਗੇ ਕਾਨ ਸਿੰਘ ਨਾਭਾ ਦੀ ਗੱਲ ਕਰੀਏ ਤਾਂ ਹਮ ਹਿੰਦੂ ਨਹੀਂ ਗੁਰਮਤਿ ਪ੍ਰਵਹਕਰ ਤੇ ਗੁਰਮਤਿ ਪਰਸਕਾਰ ਜੇ ਵੀ ਸਿੰਘ ਦੀ ਗੱਲ ਕਰੀਏ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਯੂਨੀਸਿਟ ਨਟਾਲੇ ਵਾਸਤੇ ਧਿਆਨ ਚ ਰੱਖਣੀਆਂ ਨੇ ਪ੍ਰਾਚੀਨ ਵੀੜਾਂ ਬਾਰੇ ਭਗਤਾਂ ਦੇ ਜੀਵਨ ਜੋਗ ਸਾਧਨਾ ਪ੍ਰਿੰਸੀਪਲ ਜੋਤ ਸਿੰਘ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਸਾਡੇ ਕੋਲੇ ਗੁਰਮਤਿ ਨਿਰਣਾ ਸਿੱਖੀ ਕੀ ਹੈ ਪ੍ਰਾਚੀਨ ਵੀੜਾਂ ਬਾਰੇ ਜੀਵਨ ਦੇ ਅਰਥ ਸੁਲਤਾਨਪੁਰ ਦਾ ਸੰਦੇਸ਼ ਲਾਲ ਸਿੰਘ ਕਮਲਾ ਅਕਾਲੀ ਇਹਨੂੰ ਜ਼ਰੂਰ ਧਿਆਨ ਚ ਰੱਖਣਾ ਸਾਡੇ ਮਾਸਟਰ ਕਲਾਸ ਦੇ ਲਈ ਵੀ ਪ੍ਰਮੁੱਖ ਵਾਰਤਕ ਸੰਗ੍ਰਹਿ ਕਿਹੜੇ ਨੇ ਮੌਤ ਰਾਣੀ ਦਾ ਕੁੰਡ ਜੀਵਨ ਨੀਤੀ ਤੇ ਮੰਨ ਦੀ ਮੌਜ ਤੇਜਾ ਸਿੰਘ ਦੀ ਗੱਲ ਕਰੀਏ ਪ੍ਰਿੰਸੀਪਲ ਤੇਜਾ ਸਿੰਘ ਸਾਹਿਤ ਦਰਸ਼ਨ ਪੰਜਾਬੀ ਕਿਵੇਂ ਲਿਖੀ ਨਵੀਆਂ ਸੋਚਾਂ ਉਸ਼ਲ ਖਾਨਾ ਤੇ ਹੋਰ ਲੇਖ ਸਹਿਜ ਸੁਭਾ ਸਬਿਆਚਾਰ ਤੇ ਘਰ ਦਾ ਪਿਆਰ ਇਹ ਤਾਂ ਸਭ ਨੇ ਪੜਿਆ ਹੋਣਾ ਜ਼ਰੂਰ ਹੈ ਨਾ ਤੇ ਸਾਹਿਬ ਸਿੰਘ ਦੀ ਗੱਲ ਕਰੀਏ ਤਾਂ ਪ੍ਰਮੁੱਖ ਵਾਰਤਕ ਸੰਗ੍ਰਹਿ ਧਾਰਮਿਕ ਲੇਖ ਰੱਬੀ ਗੱਲਾਂ ਗੁਰਮਤਿ ਪ੍ਰਕਾਸ਼ ਧਰਮ ਤੇ ਸਦਾਚਾਰ ਸਰਬੱਤ ਦਾ ਭਲਾ ਸਿੱਖੀ ਸਿਧਕ ਨਾ ਹਾਰੇ ਸਾਹਿਬ ਸਿੰਘ ਦਾ ਜਿਹੜਾ ਵਾਰਤਕਕਾਰ ਦੀ ਇਹ ਗੱਲ ਕਰੀਏ ਤਾਂ ਧਰਮ ਨਾਲ ਜੁੜਿਆ ਹੋਇਆ ਯਾਦਤਰ ਕਿਤਾਬਾਂ ਇਹਨਾਂ ਦੀਆਂ ਧਰਮ ਤੇ ਸਿੱਖੀ ਇਤਿਹਾਸ ਸਿੱਖ ਧਰਮ ਨਾਲ ਆਪਾਂ ਜੁੜੀ ਹੋਈ ਕਹਿ ਸਕਦੇ ਹਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜਾ ਕਿ ਸਾਡੇ ਮਾਸਟਰ ਗੱਟ ਦੇ ਲਈ ਵੀ ਬਹੁਤ ਜ਼ਰੂਰੀ ਹੈ ਚੰਗੇਰੀ ਦੁਨੀਆ ਜ਼ਿੰਦਗੀ ਦੀ ਕਵਿਤਾ ਸ਼ਾਮੀ ਪੱਦਰੀ ਜ਼ਿੰਦਗੀ ਤੇ ਪਰਮ ਮਨੁੱਖ ਇਹ ਜ਼ਰੂਰ ਧਿਆਨ ਚ ਰੱਖਣਾ ਹਾਂਜੀ ਅੱਗੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਖੁੱਲਾ ਦਰ ਇੱਕ ਦੁਨੀਆ 13 ਸੁਪਨੇ ਮਨਹੋਰ ਸਖਸੀਅਤ ਮੇਰੀਆਂ ਪੁਰਾਣੀਆਂ ਯਾਦਾਂ ਪ੍ਰਸੰਨ ਨਵੀਂ ਉਮਰ ਨਵਾਂ ਸੀ ਵਾਲਾ ਜ਼ਿੰਦਗੀ ਦੀ ਆਸ ਕਪੂਰ ਸਿੰਘ ਦੀ ਗੱਲ ਕਰੀਏ ਅਸੀਂ ਤਾਂ ਪ੍ਰਮੁੱਖ ਵਾਰਤਕ ਸੰਗ੍ਰਹਿ ਹੈ ਉਹਨਾਂ ਦੇ ਪੁਦ੍ਰਿਕ ਵੋ ਵਿਸਥਾਰ ਸਤਸਰਿਕ ਸਾਚੀ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ ਤੇ ਇਹਨਾਂ ਦੇ ਵਿੱਚੋਂ ਕਪੂਰ ਸਿੰਘ ਨੂੰ ਕਿਹੜੀ ਪੁਸਤਕ ਦੇ ਲਈ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਡਾਕਟਰ ਬਲਬੀਰ ਸਿੰਘ ਦੀ ਗੱਲ ਕਰੀਏ ਜਿਹੜਾ ਕਿ ਸਾਡੇ ਕੋਲੇ ਸਲਿਫਸ ਦੇ ਵਿੱਚ ਪ੍ਰਮੁੱਖ ਵਾਰਤਕ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਚਰਨ ਹਰ ਵਿਸਥਾਰ ਕਲਮ ਦੀ ਕਰਾਮਾਤ ਲੰਮੀ ਨਜ਼ਰ ਸ਼ੁੱਧ ਸਰੂਪ ਸੋਰਟ ਸਾਰੇ ਵਿਚਾਰ ਹੁਣ ਇੱਥੇ ਧਿਆਨ ਦੇ ਵਿੱਚ ਤੁਹਾਡੇ ਆ ਗਿਆ ਹੋਣਾ ਕਿ ਡਾਕਟਰ ਬਲਵੀਰ ਸਿੰਘ ਇੱਕ ਬਹੁਤ ਹੀ ਪ੍ਰਮੁੱਖ ਆਪਾਂ ਕਹਿੰਦੇ ਸਿਹਤਕਾਰ ਦੇ ਭਰਾ ਸੀਗੇ ਉਹ ਕਿਹਦੇ ਭਰਾ ਸੀਗੇ ਇਹਨਾਂ ਦਾ ਭਰਾ ਕੌਣ ਸੀਗੇ ਜਿਨ੍ਹਾਂ ਨੇ ਸਿਹਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਰੂਰ ਧਿਆਨ ਚ ਆ ਗਿਆ ਹੋਣਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਰਿੰਦਰ ਸਿੰਘ ਰੂਪ ਦੀ ਗੱਲ ਕਰੀਏ ਨੈੱਟ ਵਾਲਿਆਂ ਵਾਸਤੇ ਪ੍ਰਮੁੱਖ ਆਰਥਿਕ ਸੰਗ੍ਰਹਿ ਸਿੱਖ ਤੇ ਸਿੱਖੀ ਚੁੰਝਾਂ ਪਹੁੰਚੇ ਰੂਪ ਰੰਗ ਤੇ ਰੂਪ ਰੀਜਾ 바ਵਾ ਬਲਵੰਤ ਦੀ ਵੀ ਗੱਲ ਕਰ ਲਈਏ ਵੈਸੇ ਤਾਂ ਕਵਿਤਾ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਨਾਮ ਇੱਕ ਕੋਈ ਵਾਰਤਿਕ ਦੇ ਵਿੱਚ ਮਿਲ ਲਈਏ ਪੁਸਤਕ ਗਿਆਨੀ ਗੁਰਦੇਵ ਸਿੰਘ ਗਿਆਨੀ ਗੁਰਦੇਵ ਸਿੰਘ ਸਾਡੇ ਸਲਿਪਸ ਦੇ ਵਿੱਚ ਵੀ ਹੈ ਉਹਨਾਂ ਦੀ ਗੱਲ ਕਰੀਏ ਤਾਂ ਮੇਰਾ ਪਿੰਡ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਕਿਤਾਬ ਵਰੀ ਇੱਕ ਗੱਲ ਕਹੀ ਗਈ ਹੈ ਕਿ ਜੇ ਪੰਜਾਬ ਦੇ ਪਿੰਡਾਂ ਦੇ ਦਰਸ਼ਨ ਕਰਨੇ ਨੇ ਜਾਂ ਪੰਜਾਬ ਦੇ ਪਿੰਡਾਂ 'ਚ ਘੁੰਮਣਾਗਾ ਤਾਂ ਇੱਕ ਵਾਰੀ ਮੇਰਾ ਪਿੰਡ ਕਿਤਾਬ ਪੜ ਲਓ ਜਿਨ੍ਹਾਂ ਨੇ ਮੇਰਾ ਪਿੰਡ ਕਿਤਾਬ ਪੜ੍ਹੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ। ਸੂਬਾ ਸਿੰਘ ਦੀ ਗੱਲ ਕਰਦੇ ਆਂ ਭਾਰਤੀਕ ਸੰਗ੍ਰਹਿਣ ਦੇ ਵਿੱਚ ਸੂਬਾ ਸਿੰਘ ਅਲੋਪ ਹੋ ਰਿਹਾ ਚੇਟਕ। ਜ਼ਹਿਰੀਲੇ ਹਾਸੇ ਸਾਡੇ ਮਾਸਟਰ ਗਾਰਡਨ ਦੇ ਲਈ ਜ਼ਰੂਰੀ ਆ। ਗਲਤੀਆਂ ਹਾਸੇ ਤੇ ਬੇਦਨਾ। ਹਾਸੇ ਤੇ ਬੇਦਨਾ। ਫਿਰ ਅਗਲੀ ਗੱਲ ਕਰ ਲੈਂਦੇ ਆਂ ਆਪਾਂ ਗੁਰਨਾਮ ਸਿੰਘ ਤੀਰ ਦੀ ਗੱਲ। ਤੇ ਸੂਬਾ ਸਿੰਘ ਵਾਂਗ ਗੁਰਨਾਮ ਸਿੰਘ ਤੀਰ ਵੀ ਮਤਲਬ ਵਿਅੰਗ ਮੈਂ ਲਿਖਦੇ ਸੀ ਇਹ। ਜਿਦੇ ਵਿੱਚ ਨਵੇਕਲੀਆਂ ਹਾਦਾਂ ਮਿੱਠੀਆਂ ਪੀੜਾਂ ਅਧੀ ਰਾਦੀਆਂ ਗੱਲਾਂ ਮੈਨੂੰ ਮੈਥੋਂ ਬਚਾਵੋ ਡਾਕਟਰ ਤਾਰਦ ਸਿੰਘ ਯੂਜੀਸੀ ਨਟ ਵਾਸਤੇ ਸਿੱਖ ਤਰਮ ਰਹਿ ਰਹਿਸ ਤੇ ਰਮ ਜਾ ਭਗਤੀ ਤੇ ਸ਼ਕਤੀ ਨਾਮ ਨਿਦਾਨ ਨੇਮ ਤੇ ਪ੍ਰੇਮ ਪਿਆਰਾ ਸਿੰਘ ਪਦਮ ਸਾਡੀ ਮਾਸਟਰ ਕਲਾ ਦੇ ਵਿੱਚ ਵੀ ਆ ਹਿੰਦੁਸਤਾਨੀ ਕਲਾ ਹਿੰਦੁਸਤਾਨੀ ਕਵੀ ਹਿੰਦੁਸਤਾਨੀ ਕਵਿਤਾ 16 ਕਲਾਾਂ ਕੋ ਵੈਸੇ ਦਾ ਜ਼ਿਆਦਾਤਰ ਪਿਆਰਾ ਸਿੰਘ ਪਦਮ ਦੀ ਇਹਨਾਂ ਭਾਰਤਿਕ ਦੀਆਂ ਰਚਨਾਵਾਂ ਵਿੱਚ ਹਿੰਦੁਸਤਾਨੀ ਸ਼ਬਦ ਮਿਲਦਾ ਇਸ ਤਰੀਕੇ ਨਾਲ ਤੁਹਾਡੇ ਯਾਦ ਵੀ ਰਹਿ ਜਾਣਗੀਆਂ ਇਹ ਤਿੰਨ ਤਾਂ ਇਹ ਨਾਮ ਸਾਡੇ ਸਾਹਮਣੇ ਆ ਹੀ ਗਏ ਅੱਗੇ ਦੇਖਦੇ ਆਪਾਂ ਹਾਂਜੀ ਪੰਜ ਦਰਿਆ ਤੇ ਗੁਰੂ ਘਰ ਇਹ ਵੀ ਪਿਆਰਾ ਸਿੰਘ ਪਦਮ ਕਿਰਪਾਲ ਸਿੰਘ ਕਸੇਲ ਦੀ ਗੱਲ ਕਰੀ ਤਾਂ ਇੰਦਰ ਤੁਹਾਨੂੰ ਸੋਹਣ ਸਿੰਘ ਸੀਤਲ ਦੀ ਗੱਲ ਕਰਦੇ ਆ ਮੇਰੇ ਇਤਿਹਾਸਕ ਲੈਕਚਰ ਕੁਲਵੀਰ ਸਿੰਘ ਕਾਂਖ ਦੇ ਜਿਹੜਾ ਕਿ ਖਾਸ ਤੌਰ ਤੇ ਲਲਿਤ ਨਿਵੰਦ ਦੇ ਵਿੱਚ ਨਾਮ ਆ ਜੀ ਇੱਕ ਤੇ ਨਾਦ ਅਨਾਦ ਪਿਆਸਾ ਮਨੁੱਖ ਹਰਮੰਦਰ ਉਦਾਸ ਹੈ ਸੋਗੀ ਸੰਗੀਤ ਦਾ ਜਾਦੂ ਉਦਾਸ ਦਰਖਤਾਂ ਦੇ ਮੌਨ ਨਗਮੇ ਹਰਮੰਦਰ ਮੁਸਕਰਾਉਂਦਾ ਹੈ ਇਹ ਜ਼ਰੂਰ ਧਿਆਨ ਚ ਰੱਖਿਓ ਜੋ ਜਿਸ ਨੇਟ ਵਾਲੇ ਵਾਸਤੇ ਵੀ ਨਰਿੰਦਰ ਕਪੂਰ ਦੀ ਬਾਤਿਕ ਰਚਨਾ ਨਰਿੰਦਰ ਸਿੰਘ ਕਪੂਰ ਜ਼ਰੂਰ ਜਿੱਥੋਂ ਤੱਕ ਮੇਰੇ ਧਿਆਨ ਵਿਚ ਆਇਆ ਜੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹੋਵੋਗੇ ਤਾਂ ਜ਼ਰੂਰ ਇਹਨਾਂ ਦੀ ਕਿਸੇ ਨਾ ਕਿਸ ਨੇ ਕਿਰਦੀ ਕਿਤਾਬ ਤਾਂ ਪੜ੍ਹੀ ਹੀ ਹੋਣੀ ਆ ਜੇ ਕੋਈ ਵੀ ਕਿਤਾਬ ਨਿਰੰਦਰ ਸਿੰਘ ਕਪੂਰ ਦੀ ਪੜੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵਿਆਖਿਆ ਵਿਸ਼ਲੇਸ਼ਣ ਦੀ ਗੱਲ ਕਰੀ ਅਸੀਂ ਚਾਹੇ ਅੰਤਰ ਚਾਤ ਬੂਹੇ ਵਾਰੀਆਂ ਤਰਕਵੇਦ ਆਮੂ ਸਾਹਮਣੇ ਸੁਖਨ ਸੁਨੇਹ ਮਾਲਾ ਮਨ ਕੇ ਦੀ ਗੱਲ ਕਰ ਲਈ ਅਸੀਂ ਮਾਲਾ ਮਨ ਕੇ ਕਮਾਲਾ ਮਨ ਕੇ ਤੋਂ ਤੇ ਉਸ ਤੋਂ ਬਾਅਦ ਹੁਣ ਬਾਅਦ ਦੇ ਵਿੱਚ ਆਈਆਂ ਚਾਬੀਆਂ ਚਾਬੀਆਂ ਜਾਂ ਕੁੰਜੀਆਂ ਇਹ ਜਰੂਰ ਦੱਸਿਓ ਵੀ ਕਿਹੜੀ ਕਿਤਾਬ ਆਈ ਸੀਗੀ ਚਾਬੀਆਂ ਜਾਂ ਕੁੰਜੀਆਂ ਤੇ ਅੱਗੇ ਗੱਲ ਕਰ ਲੈਨੇ ਆਪਾਂ ਦੇਖਦੇ ਅੱਗੇ ਕਿਹੜਾ ਸਾਡੇ ਭਾਰਤਕਾਰਾਂ ਦੇ ਵਿੱਚ ਨਿਰਿੰਦਰ ਸਿੰਘ ਪੋਰ ਨੂੰ ਤਾਂ ਜ਼ਰੂਰ ਧਿਆਨ ਚ ਰੱਖਣੀ ਰੱਖਣਾ ਤੁਸੀਂ ਇਹਨੂੰ ਤਾਂ ਭੁੱਲਣਾ ਹੀ ਨਹੀਂ ਹੈਗਾ ਭਾਰਤਿਕ ਦੇ ਵਿੱਚ ਬਲਰਾਸਾਨੀ ਦਾ ਨਾਮ ਖਾਸ ਤੌਰ ਤੇ ਸਿਨੇਮਾ ਤੇ ਸਟੇਜ ਕਾਮੇ ਗਰਜ ਜਿਵਤੀ ਡਾਇਰੀ ਯਾਦਾਂ ਦੀ ਕੰਨੀ ਮੇਰਾ ਰੂਸੀ ਸਫਰਨਾਮਾ ਤੇ ਮੇਰਾ ਪਾਕਿਸਤਾਨੀ ਸਫਰਨਾਮਾ ਬਲਰਾਸਾਨੀ ਦੇ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਪੜਿਓ ਜ਼ਰੂਰ ਧਿਆਨ ਨਾਲ ਕਿਉਂਕਿ ਇਮਤਿਹਾਨ ਦੇ ਪੱਖ ਤੋਂ ਬਹੁਤ ਜ਼ਰੂਰੀ ਆ ਮਾਸਟਰ ਕਾਰਡ ਦੇ ਲਈ ਵੀ ਇਹ ਹਾਂਜੀ ਆਪਾਂ ਤਕਰੀਬਨ ਇਸ ਵੀਡੀਓ ਦੇ ਵਿੱਚ ਇੱਕ ਵਾਰ ਜਿੰਨੇ ਕਿ ਸਾਡੇ ਵਾਰਤਕਾਰ ਸੀਗੇ ਇੱਕ ਸੰਖੇਪ ਜੀ ਝਲਕ ਉਹਨਾਂ ਤੇ ਜਾਂ ਫਟਾਫਟ ਦੁਹਰਾਏ ਦੇ ਵਿੱਚ ਆਪਾਂ ਇੱਕ ਵਾਰੀ ਗੱਲ ਕਰ ਲਈ ਜਿਹੜੇ ਉਹਨਾਂ ਦੇ ਪ੍ਰਮੁੱਖ ਵਾਰਤਿਕ ਰਚਨਾਵਾਂ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਬਾਕੀ ਉਹਨਾਂ ਨੂੰ ਬਹੁਤ ਆ ਜਿਆਦੇ ਡੰਗਾਜ ਦੇ ਵਿੱਚ ਧਿਆਨ ਨਾਲ ਉਹਨਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਇਹ ਪੜਨਾ ਹੁਣ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਕਿਉਂਕਿ ਆਪਾਂ ਆਪਣੇ ਵੱਲੋਂ ਵੀ ਥੋੜੀ ਬਹੁਤੀ ਕੋਸ਼ਿਸ਼ ਕਰਾਂਗੇ ਤੇ ਪਰ ਚੈਨਲ ਨਾਲ ਜੁੜੇ ਰਹੋ ਕਿਉਂਕਿ ਜਿੰਨਾ ਕਿ ਸਾਡੇ ਕੋਲ ਹੁੰਦਾ ਸੀ ਉਹਨਾਂ ਕਾਸੀ ਕਰਵਾਉਂਦੇ ਆ ਤੇ ਬਾਕੀ ਤੁਹਾਡੀ ਮਿਹਨਤ ਆਪਣੀ ਆ ਘਰ ਵਿੱਚ ਬਹਿ ਕੇ ਕਰਦਿਆਂ ਨਾਲ ਰਹਿ ਕੇ ਤਿਆਰੀ ਕਰਦੇ ਰਹੋ ਹੱਸਦੇ ਮਸਤ ਰਹੋ ਖੁਸ਼ ਰਹੋ